ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਤੇ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਰਾਂਗਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਨੂੰ ਉਹਨਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਸਰਕਾਰੀ ਕਾਲਜ ਰੂਪਨਗਰ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਤੇ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ। ਸ਼ਾਂਤੀ ਮਾਰਚ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਖ ਵੱਖ ਸਕੂਲਾਂ ਦੇ ਕਰੀਬ 400 ਵਿਦਿਆਰਥੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ। ਏਜੰਡਾ ਸੀ ਦੇਖੋ, ਏਜੰਡਾ ਤਾਂ ਸਾਂਝਾ ਏਜੰਡਾ ਹੈਗਾ, ਸਾਰਿਆਂ ਦਾ ਏਜੰਡਾ ਹੈਗਾ, ਉਹ ਇਹੀ ਹੈ ਕਿ ਜਿਹੜਾ ਆਪਣਾ ਰੋਪੜ ਹੈ, ਆਪਣਾ ਸਟੇਟ ਹੈ, ਆਪਣੀ ਕੰਟਰੀ 'ਤੇ ਅਸੀਂ ਦੁਨੀਆ ਦਾ ਹਿੱਸਾ ਹੈਗੇ, ਉਹ ਸਾਰੇ ਵਿੱਚ ਅਸੀਂ ਕੁਛ ਨਾ ਕੁਛ ਕੰਟਰੀਬਿਊਸ਼ਨ ਕਰੀਏ, ਉਹਨੂੰ ਖਰਾਬ ਨਾ ਕਰੀਏ। ਖਰਾਬ ਕਿਵੇਂ ਹੋ ਰਿਹਾ ਹੈਗਾ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈ, ਜੋ ਅਸੀਂ ਚੀਜ਼ਾਂ ਯੂਜ਼ ਕਰਦੇ ਹੈਗੇ ਆਪਣੇ ਦਿਨ ਚਰਿਆ ਵਿੱਚ, ਉਹ ਚੀਜ਼ਾਂ ਨੂੰ ਜਿਵੇਂ ਪਲਾਸਟਿਕ ਹੋ ਗਿਆ, ਪਲਾਸਟਿਕ ਬੋਟਲਸ ਹੋ ਗਈ, ਇਹਨਾਂ ਨੂੰ ਆਪਣੇ ਲਾਈਫ 'ਚ ਕਿਵੇਂ ਰਿਪਲੇਸ ਕਰਕੇ ਜਿਹੜੇ ਪੋਜ਼ਿਟਿਵ ਚੀਜ਼ਾਂ ਉਹਨਾਂ ਨੂੰ ਅਪਣਾਈਏ। ਔਰ ਇਹੀ ਕਮਿਟਮੈਂਟ ਅਗਰ ਅਸੀਂ ਗਾਂਧੀ ਜੀ ਦੇ ਆਈਡੀਅਲ ਚੱਲਾਂਗੇ ਤਾਂ ਕੋਈ ਡਾਊਟ ਨਹੀਂ ਹੈਗਾ ਕਿ ਅਸੀਂ ਜਿਹੜਾ ਇੰਡੀਆ ਸਭ ਤੋਂ ਸਸਟੇਨੇਬਲ ਔਰ ਸਭ ਤੋਂ ਹੈਲਦੀ ਨੇਸ਼ਨ ਬਣ ਸਕਦਾ। ਜਿਹੜੀ ਵਾਟਰ ਬੋਤਲ ਹੈ ਇਹ ਵੀ ਬੈਨ ਕੀਤੀ ਜਾ ਰਹੀ ਹੈ? ਬਿਲਕੁਲ, ਵਾਟਰ ਬੋਤਲ ਵੀ ਸਾਰੀ ਚੀਜ਼ਾਂ ਬੈਨ ਕੀਤੀ ਜਾ ਰਹੀਆਂ, ਬਟ ਮੇਰਾ ਆਪਣਾ ਪਰਸਨਲ ਮੰਨਣਾ ਹੈ ਕਿ ਬੈਨ ਤੋਂ ਜ਼ਿਆਦਾ ਅਗਰ ਅਸੀਂ ਆਪ ਹੀ ਇਹਨਾਂ ਨੂੰ ਯੂਜ਼ ਕਰਨਾ ਬੰਦ ਕਰ ਦੇਵਾਂਗੇ ਤਾਂ ਆਟੋਮੈਟਿਕਲ ਬੈਨ ਹੋ ਜਾਣਾ ਚਾਹੀਦਾ ਹੈਗਾ। ਇੱਕ ਜਿਵੇਂ ਸੱਤਿਆਗ੍ਰਹਿ ਦਾ ਕਨਸੈਪਟ ਸੀ ਜਿਹਦੇ ਵਿੱਚੋਂ ਅਸੀਂ ਉਹ ਸਾਰੀ ਚੀਜ਼ਾਂ ਰਿਜੈਕਟ ਕਰਦੇ ਸੀ, ਗਾਂਧੀ ਜੀ ਨੇ ਜਿਹੜੇ ਆਈਡੀਅਲ ਦਿੱਤੇ ਸੀ ਕਿ ਬਾਹਰ ਦੀ ਚੀਜ਼ਾਂ ਅਸੀਂ ਨਹੀਂ ਲੈਣੀਆਂ, ਬਟ ਅੱਜ ਦੇ ਟਾਈਮ ਬਾਹਰ ਦੀ ਚੀਜ਼ ਉਹ ਹੈ ਜਿਹਦੇ ਨਾਲ ਸਾਡਾ ਇਨਵਾਇਰਮੈਂਟ ਖਰਾਬ ਹੋ ਰਿਹਾ, ਅਤੇ ਕੋਈ ਵੀ ਐਸੀ ਚੀਜ਼ ਜਿਹਦੇ ਨਾਲ ਇਨਵਾਇਰਮੈਂਟ 'ਚ ਨੁਕਸਾਨ ਹੁੰਦਾ ਹੈਗਾ ਅਸੀਂ ਉਸਨੂੰ ਆਪਣੀ ਲਾਈਫ 'ਚ ਐਕਸੈਪਟ ਨਹੀਂ ਕਰਨਾ ਹੈਗਾ। ਇਹੀ ਇੱਕ ਸਾਨੂੰ ਅੱਜ ਦੀ ਡੇਟ 'ਚ ਸਿਵਲ ਡਿਸਓਬੀਡੀਅੰਸ ਮੂਵਮੈਂਟ ਚਾਹੀਦੀ ਹੈਗੀ, ਜਿਹੜਾ ਮੈਨੂੰ ਲੱਗਦਾ ਹੈ ਕਿ ਰੋਪੜ ਵਿੱਚ ਹਰ ਇੱਕ ਲੋਕ, ਹਰ ਇੱਕ ਸਿਟੀਜ਼ਨ ਮੋਟੀਵੇਟ ਹੋਣਗੇ ਔਰ ਇਹਦੇ ਵਿੱਚੋਂ ਸਾਡਾ ਸਾਰਿਆਂ ਦਾ ਯੋਗਦਾਨ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।